ਇਹ 16 105 HP ਜਿਹੜਾ ਉਹ ਖੜਾ ਉਹ 110 HP ਇਹ 105 HP ਦੇ ਵਿੱਚ ਇੰਜਣ ਪਏ ਨੇ ਜਨਰੇਟਰਾਂ ਦੇ ਟਰੈਕਟਰਾਂ ਦੇ ਨੰਬਰ ਵਜਦਾ ਹੈਗਾ 7375 ਫੋਰ ਵੀਲ ਡਰਾਈਵ ਦੇ ਵਿੱਚ ਮਿੱਤਰੋ ਅਰਜਨ ਟਰੈਕਟਰਾਂ ਬੇਟ ਬੂਟ ਲੱਗੇ ਵੇ ਇਹਦੇ ਬਲਡ ਟਰੈਕ 90 HP ਦੇ ਵਿੱਚ ਚੌਕੜਾ ਟਾਇਰਾਂ ਦਾ ਪੂਰਾ ਚੰਗਾ ਪਿਆ ਮਿੱਤਰੋ ਫੋਰ ਵੀਲ ਡਰਾਈਵ ਦੇ ਵਿੱਚ 75 HP ਦਾ ਜੀ ਇਹ ਟਰੈਕਟਰ ਅਤੇ ਆ ਗਿਆ ਮਿੱਤਰੋ 60 HP ਵਿੱਚ 16 ਅੱਗੇ ਆ ਗਿਆ ਮਿੱਤਰੋ ਹੋਲੈਂਡ 90-10 ਟਰੈਕਟਰ ਦੇਖੋ ਮਿੱਤਰੋ ਕੰਡੀਸ਼ਨ ਜਿਹੜਾ ਵੀਰ ਕਹਿੰਦਾ ਵੀ ਨਵੇਂ 855 ਅਤੇ 744 ਦੀ ਸੋਹਣੀ ਮਿਲਦੀ ਮਿੱਤਰੋ ਸੋਹਾਂ ਦੇਖੋ ਪੰਗਾਂ ਪਟਿਆਲੇ ਮਿੱਤਰੋ ਹੋਲੈਂਡ ਖੜਾ ਖਲਿਆ ਰਿਹਾ ਪਿਆ ਵਿਚਾਰਾ ਹੋਲੈਂਡ ਵੀ ਐਸਰ 485 ਅਤੇ 744 ਲਾਲ ਸੋ ਉਹਦੇ ਵਿੱਚ ਇੰਜਨ ਉਂਜਨ ਓਕੇ ਪਿਆ ਅਤੇ ਅੱਜ ਤੁਹਾਨੂੰ ਨੰਬਰ ਅਸੀਂ ਲਗਭਗ ਬਹੁਤ ਵੀਰਾਂ ਦੇ ਦੇ ਨੰਬਰ ਅਸੀਂ ਨਾਲ ਨਾਲ ਬੋਲੀ ਗਏ ਵੀ ਆਹ ਵੀਰ ਦੇ ਆਹ ਸਮਾਨ ਆ ਅਤੇ ਆਹ ਵੀਰ ਦਾ ਆਹ ਸਮਾਨ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ 'ਤੇ ਆਪਾਂ ਖੜ੍ਹੇ ਮਿੱਤਰੋ ਇਸ ਵਕਤ ਪਟਿਆਲਾ ਕਬਾੜੀ ਮਾਰਕੀਟ ਦੇ ਵਿੱਚ ਅਤੇ ਜਦੋਂ ਤੁਸੀਂ ਇੱਥੇ ਆਉਂਗੇ ਹਾਈਵੇ ਦੇ ਉੱਤੇ ਸਾਈਡ ਦੇ ਉੱਤੇ ਪੈਂਦੀ ਆ ਅਤੇ ਗੂਗਲ ਦੇ ਉੱਤੇ ਸਰਚ ਕਰ ਲਿਓ ਕਬਾੜੀ ਮਾਰਕੀਟ ਪਟਿਆਲਾ ਤਾਂ ਇੱਥੇ ਪਹੁੰਚ ਜਾਓਗੇ ਇੱਥੇ ਮਿਲਦਾ ਕੀ ਆ ਟਰੈਕਟਰਾਂ ਦਾ ਸਾਰਾ ਸਮਾਨ ਹੀ ਮਿਲਦਾ ਅਤੇ ਬੈਕ ਸਾਈਡ 'ਤੇ ਟਰੈਕਟਰ ਦੇਖ ਸਕਦੇ ਹੋ ਖੜ੍ਹੇ ਨਵੇਂ ਤੋਂ ਨਵੇਂ ਟਰੈਕਟਰ ਵੀ ਮਿਲ ਜਾਂਦੇ ਆ ਅਤੇ ਹੁਣ ਤੁਹਾਨੂੰ ਸਾਰੀ ਮਾਰਕੀਟ ਵਿਜਿਟ ਕਰਾਉਂਦੇ ਹਾਂ ਕਿ ਕਿਹੜੀ ਕਿਹੜੀ ਵਰਾਇਟੀ ਆ ਜਿਹੜੀ ਇੱਥੇ ਮਿਲਦੀ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਹਰ ਟਰੈਕਟਰ ਦਾ ਸਾਰੇ ਟਾਇਰ ਤੋਂ ਲੱਗ ਗਏ ਇੰਜਣ ਤੋਂ ਲੱਗ ਗਏ ਸਾਰੇ ਪਾਰਟ ਮਿਲ ਜਾਣਗੇ ਇੱਧਰਲੀ ਸਾਈਡ ਦੇਖ ਸਕਦੇ ਬਾਂਗਾਂ ਦੇ ਟਰੈਕਟਰਾਂ ਦੇ ਮਗਰਾੜ ਹੀ ਮਗਰਾੜ ਪਾਇਆ ਤਰੇ ਅਤੇ ਇਹ ਵੀਰਾਂ ਦਾ ਕੰਟੈਕਟ ਨੰਬਰ ਦੇਖਿਓ ਜੀ 9988114171 ਆ ਇਹ ਵੀਰਾਂ ਦਾ ਮੋਬਾਈਲ ਨੰਬਰ ਆ ਮਗਰਾੜ ਵਾਲਿਆਂ ਦਾ ਅਤੇ ਮੈਂ ਤੁਹਾਨੂੰ ਨਾਲ ਨਾਲ ਮਿੱਤਰੋ ਸਾਰੀ ਜਾਣਕਾਰੀ ਦਿੰਦੇ ਜਾਵਾਂਗੇ ਇੱਧਰਲੀ ਸਾਈਡ ਰਿੰਬ ਪਏ ਨੇ ਟਰੈਕਟਰਾਂ ਦੇ ਇੱਧਰ ਇੰਜਣ ਨੇ ਅਤੇ ਆਹ ਟਰੈਕਟਰ ਆ ਗਏ ਮਿੱਤਰੋ ਐਸਰ 312 ਆਹ ਦੇਖੋ ਮਿੱਤਰੋ ਐਸਰ 312 341 ਦਾ ਬਹੁਤ ਨੇ ਦੇਖਿਆ ਅਤੇ 312 ਵੀ ਆਉਂਦਾ ਹੁੰਦਾ ਸੀ ਪਹਿਲਾਂ ਇੱਧਰ ਫਾਰਮ ਟਰੈਕ ਮਿੱਤਰੋ ਦੇਖ ਸਕਦੇ ਲੰਡਾ ਜਿਹਾ ਕਰਿਆ ਪਿਆ ਅਤੇ ਆਹ ਆ ਗਿਆ ਜੀ ਹੋਲੈਂਡ 4710 ਅਤੇ ਇੱਧਰ ਮਿੱਤਰੋ 4x4 ਖੜ੍ਹਾ ਮਿੱਤਰੋ ਆ ਗਿਆ ਸੋਨਾਲੀਕਾ 90 HP ਦੇ ਵਿੱਚ ਅਤੇ ਉਹ ਵੀ 90 HP ਦੇ ਵਿੱਚ ਉਹ ਫਾਰਮ ਟਰੈਕ ਆ ਗਿਆ ਵੱਡਾ ਤਾਂ ਠੀਕ ਆ ਇਹ 16 105 HP ਜਿਹੜਾ ਉਹ ਖੜ੍ਹਾ ਉਹ 110 HP ਆ ਇਹ 105 HP ਦੇ ਵਿੱਚ ਆ ਮਿੱਤਰੋ 16 ਦਾ ਅਤੇ 16 ਦਾ ਉਹ ਖੜਾ ਵੀਰ ਕੋਲ ਇੱਕ 16 ਟਰੈਕਟਰ ਉਹ ਕੰਪਨੀ ਦਾ ਇਹ ਟਰੈਕਟਰ ਅਤੇ ਆ ਗਿਆ ਜੀ ਜਿਵੇਂ ਕਹਿੰਦੀ ਆ ਤਾਂ ਜਮੀ ਸੰਭਾਈ ਨਹੀਂ ਹੈਗੀ ਟਰੈਕਟਰ ਦੀ 47-10 ਟਾਇਰ ਟੂਰ ਚੰਗੇ ਪਏ ਟਰੈਕਟਰ ਦੇ ਮਿੱਤਰੋ ਜਿਹੜੇ ਵੀਰ ਕਹਿੰਦੇ ਨਵੇਂ 855 ਦੀ ਸੋਹ ਨਹੀਂ ਮਿਲਦੀ ਅਤੇ ਨਵੇਂ 855 ਦੀਆਂ ਸੋਹਾਂ ਦੇਖੋ ਪੰਗਾਂ ਇਹ ਵੀਰ ਦਾ ਮੋਬਾਈਲ ਨੰਬਰ ਹੈਗਾ 9885 89 822 ਇਹ ਵੀਰ ਦਾ ਮਿੱਤਰੋ ਸੰਪਰਕ ਨੰਬਰ ਆ ਪਟਿਆਲਾ ਕਬਾੜੀ ਮਾਰਕੀਟ 'ਚ ਖੜ੍ਹੇ ਹਾਂ ਅਤੇ ਗਾਹ ਬਹੁਤ ਪਈ ਜਾਂਦਾ ਇੱਥੇ ਅਤੇ ਆਹ ਅੱਗੇ ਆ ਗਿਆ ਜੀ ਸਟੈਂਡਰਡ 355 5245 ਇੱਥੇ ਮਿੱਤਰੋ ਇੰਜਣ ਹੀ ਇੰਜਣ ਪਏ ਆ 9876664033 ਵੀਰ ਦਾ ਮੋਬਾਈਲ ਨੰਬਰ ਆ ਇੰਜਣ ਵਾਲੇ ਦਾ ਅਤੇ ਇਹ ਕੋਲ ਮਿੱਤਰੋ ਇੰਜਣ ਮਿਲ ਜਾਂਦੇ ਆ ਗੇਅਰ ਮਿਲ ਜਾਂਦੇ ਆ ਸਾਰੇ ਟਰੈਕਟਰਾਂ ਦੇ ਇਹਦੀ ਸਾਈਡ ਹੈੱਡ ਪਏ ਨੇ ਖੋਲ੍ਹੇ ਦੇਖੋ ਮਿੱਤਰੋ ਇੰਜਣ ਹੀ ਇੰਜਣ ਪਏ ਆ ਵੀਰ ਕੋਲ ਦੂਰ ਤੱਕ ਨੰਬਰ ਆਪਾਂ ਸ਼ੁਰੂ ਦੇ ਵਿੱਚ ਬੋਲਤਾ ਬਾਈ ਦਾ ਤੁਹਾਨੂੰ ਆਹ ਦੇਖੋ ਟਰਬੋ ਵਾਲੇ ਇੰਜਣ ਦੂਜੇ ਸਾਰੇ ਇੰਜਣ ਇੰਜਣ ਪਏ ਆ ਵੀਰ ਕੋਲ ਮਿੱਤਰੋ ਸੋਹਣੇ ਸੋਹਾਂ ਲਾਲਾ ਸਿੱਟੀਆਂ ਪੰਗਾਂ 735 855 ਇੱਧਰ ਇੰਡੋ ਫਾਰਮ ਖੜ੍ਹਾ ਮਗਰਾੜ ਪਟਿਆਲਾ ਕਬਾੜ ਮਾਰਕੀਟ ਦੇ ਵਿੱਚ ਤੁਹਾਨੂੰ ਸਾਰਾ ਕੁਛ ਹੀ ਮਿਲ ਜਾਂਦਾ ਇੱਥੇ ਅਤੇ ਦੇਖੋ ਇੱਧਰ ਫਾਰਮ ਟਰੈਕ ਦੇ ਦੋ ਫਾਰਮ ਟਰੈਕਾਂ ਦੇ ਦੋ ਦੋ ਹਿੱਸੇ ਕਰੇ ਪਏ ਦਾ ਇੰਜਣ ਨਹੀਂ ਹੈਗਾ ਗੇਅਰ ਬਾਕਸ ਪੂਰਾ ਸਾਫ਼ ਪਿਆ ਅਤੇ ਪਹਿਲੇ ਦਾ ਇੰਜਣ ਦੇਖੋ ਮਿੱਤਰੋ ਪੂਰਾ ਸਾਫ਼ ਇੰਜਣ ਪਿਆ ਅਤੇ ਜਮ੍ਹਾਂ ਨਵੇਂ ਟਰੈਕਟਰ ਆਉਂਦੇ ਇੱਥੇ ਮਿੱਤਰੋ ਨਵੇਂ ਟਰੈਕਟਰਾਂ ਦਾ ਤੁਹਾਨੂੰ ਜਿਹੜਾ ਪਾਰਟ ਆ ਸਾਰੇ ਓਰੀਜਨਲ ਹੀ ਮਿਲਣਗੇ ਆਹ ਕਿਹੜਾ ਸਵਰਾਜ ਹੈਗਾ ਹੋਲੈਂਡ ਆ ਹੋਲੈਂਡ ਟਰੈਕਟਰ ਆ ਆਹ ਦੇਖੋ ਮਿੱਤਰੋ ਹੋਲੈਂਡ ਖੜ੍ਹਾ ਖਲਿਆ ਰਿਹਾ ਪਿਆ ਵਿਚਾਰਾ ਹੋਲੈਂਡ ਵੀ ਇੱਧਰਲੀ ਸਾਈਡ ਦੇਖੋ ਮਿੱਤਰੋ ਅਤੇ ਮਿੱਤਰੋ ਸਾਰੇ ਟਰੈਕਟਰਾਂ ਦੇ ਸਮਾਨ ਮਿਲ ਜਾਣਗੇ ਆਹ ਮਹਿੰਦਰਾ ਦਾ ਟਰੈਕਟਰ ਆ ਗਿਆ ਮਿੱਤਰੋ 4x4 ਆ 45 40 ਮਹਿੰਦਰਾ ਜੀ 45 40
ਅਤੇ ਬਾਹਲੀਆਂ ਏਜੰਸੀਆਂ ਦੇ ਵਿੱਚ ਮਿੱਤਰੋ ਇਹ ਮਾਡਲ ਆਇਆ ਨਹੀਂ ਹੋਣਾ, ਸੀ ਆਰ ਡੀ ਮਾਡਲ ਆ ਫੋਰ ਵੀਲ ਡਰਾਈਵ ਦੇ ਵਿੱਚ। ਟਰੈਕਟਰ ਦੇਖੋ ਮਿੱਤਰੋ ਪੂਰਾ ਨਵੇਂ ਪਿਆ ਗਾ, 4x4 ਆ ਮਹਿੰਦਰਾ ਮਿੱਤਰੋ ਸੀ ਆਰ ਡੀ ਮਾਡਲ ਨਾਲ ਖੜ੍ਹਾ ਜੀ, ਮੈਸੀ 9000। ਅਤੇ ਇੱਧਰਲੀ ਸਾਈਡ ਦੇਖੋ ਮਿੱਤਰੋ ਹਿੱਸੇ ਹਿੱਸੇ ਪਾਇਆ ਸਵਰਾਜ ਦੇ ਮਹਿੰਦਰਿਆਂ ਦੇ। ਆਹ ਖੜ੍ਹਾ ਮਿੱਤਰੋ ਐਸਰ 485 ਅਤੇ 744 ਲਾਲ ਸੋ ਦੇ ਵਿੱਚ, ਇੰਜਨ ਉਂਜਨ ਓਕੇ ਪਿਆ, ਸੋ ਸੂ ਟੁੱਟੀ ਪਿਆ ਮਿੱਤਰੋ ਟਰੈਕਟਰ ਦੀ। ਅਤੇ ਕਨੀਸ਼ਨਾਂ ਕਨੂਸ਼ਨਾਂ ਤੁਹਾਡੇ ਸਾਹਮਣੇ ਟਰੈਕਟਰ ਮਿੱਤਰੋ, ਇੱਥੇ ਤੁਹਾਨੂੰ ਕਾਰਟ ਸਾਰੇ ਟਰੈਕਟਰਾਂ ਦੀ ਮਿਲ ਜਾਣਗੇ। ਅਰਜਨ ਆ ਗਿਆ ਜੀ 555 ਅਤੇ ਮਿੱਤਰੋ ਪੂਰਾ ਓਕੇ ਗੱਲਬਾਤ ਆ। ਤੁਹਾਨੂੰ ਟਰੈਕਟਰ ਵਿਖਾਇਆ ਜੀ ਵੀਰ ਦਾ, ਸ਼ੋਪ ਨੰਬਰ ਹੈਗੀ 171-89-733-90-130। ਅਤੇ ਇਹ ਵੀਰ ਦੇ ਆ ਸਾਰੇ ਟਰੈਕਟਰ ਨੇ ਮਿੱਤਰੋ, ਜਿਹੜੇ ਤੁਹਾਨੂੰ ਮਹਿੰਦਰੇ ਮਹਿੰਦਰੇ ਜੀ ਦਿਖਾਏ ਆ ਸਾਰੇ ਇਸੇ ਵੀਰ ਦੇ ਨੇ। ਅਤੇ ਇਹ ਵੀਰ ਕੋਲੋਂ ਇੰਜਨ ਉਂਜਨ ਸਾਰਾ ਕੁਛ ਹੀ ਮਿਲ ਜਾਂਦਾ ਮਿੱਤਰੋ। ਇੰਜਨ ਕਿੱਡਾ ਵੱਡਾ 6 ਸਿਲੰਡਰ ਦੇ ਵਿੱਚ ਆ ਜੀ ਇਹ। ਅਤੇ ਇੱਥੇ ਮਿੱਤਰੋ ਟਰੈਕਟਰ ਸਾਰਾ ਕੁਛ ਹੀ ਮਿਲ ਜੂ ਤੁਹਾਨੂੰ, ਵੀ 275 ਆ ਗਿਆ ਜੀ ਮਹਿੰਦਰਾ। ਅਤੇ ਹੁਣ ਤੁਹਾਨੂੰ ਇੱਧਰਲੀ ਸਾਈਡ ਟਰੈਕਟਰ ਲੈਣੇ ਤਾਂ ਤੁਹਾਨੂੰ ਜਗਨੇਟਰ ਵੀ ਵੱਡੇ ਮਿਲ ਜਾਣਗੇ, ਆਹ ਜਗਨੇਟਰ ਵੀ ਮਿਲ ਜਾਣਗੇ ਅਤੇ ਆਹ ਵੀ ਮਿਲ ਜਾਣਗੇ ਸੈਲਫ ਸਟਾਰਟ ਵਾਲੇ। ਮਿੱਤਰੋ ਦੇਖ ਸਕਦੇ ਹੋ ਆਹ ਸਿਲੰਡਰ ਹੈਗਾ 6 ਸਿਲੰਡਰ ਦੇ ਵਿੱਚ ਆ ਮਿੱਤਰੋ ਜਗਨੇਟਰ। ਮਿੱਤਰੋ ਸੋਲੈਸ ਕੰਪਨੀ ਦੇ ਟਰੈਕਟਰ ਆ ਗਿਆ ਜੀ ਸੋਨਾਲਿਕਾ। ਅਤੇ ਇਹ ਟਰੈਕਟਰ ਵੀ ਹਾਲੇ ਤੱਕ ਏਜੰਸੀ ਨੂੰ ਮਿਲਿਆ ਨਹੀਂ ਹੋਣਾ, ਅਤੇ ਇੱਥੇ ਖੜ੍ਹਾ ਕਬਾੜ ਦੇ ਵਿੱਚ ਫੋਰ ਵੀਲ ਡਰਾਈਵ ਦੇ ਵਿੱਚ ਆ, ਜਮ੍ਹਾਂ ਨਵੇਂ ਟਾਇਰ ਆ ਵਿੱਚ, ਚਾਰੇ ਟਾਇਰ ਚੌਕੜਾ ਗੁੜੀਅੜ ਦਾ ਮਿੱਤਰੋ ਟਰੈਕਟਰ ਦੇ। ਅਤੇ ਨਾਲ ਆ ਗਿਆ ਬਲਟ ਟਰੈਕ ਸੋਲੈਸ ਦੇਖੋ ਮਿੱਤਰੋ ਟਰੈਕਟਰ। ਅਤੇ ਮੂਹਰੇ ਟਾਇਰ ਘੁੰਮਦੇ ਆ, ਬੈਕ ਟਾਇਰ ਤਾਂ ਜਮ੍ਹਾਂ ਨਵੇਂ ਲੱਗੇ ਪਏ ਆ। ਇਹ ਆ ਜੀ ਟਰਬੋ ਆ ਬਾਕੀ ਟਰੈਕਟਰ ਫੋਰ ਵੀਲ ਡਰਾਈਵ ਦੇ ਵਿੱਚ, 75 HP ਦਾ ਜੀ ਇਹ ਟਰੈਕਟਰ। ਅਤੇ ਆ ਗਿਆ ਮਿੱਤਰੋ 60 HP ਵਿੱਚ ਸੋਲੈਸ। ਅਤੇ ਇਦੋਂ ਅੱਗੇ ਆ ਗਿਆ ਮਿੱਤਰੋ ਕਹਿੰਦੇ 4x4 90 HP ਦੇ ਵਿੱਚ ਆ ਜੀ ਸੋਲੈਸ ਟਰੈਕਟਰ, ਸਿਫਟ ਸਾਫਟ 4x4 CRD ਮਾਡਲ ਆ ਇਹ। ਅਤੇ ਬਾਕੀ ਦੇਖੋ ਮਿੱਤਰੋ ਕੰਡੀਸ਼ਨ, ਜੇ ਕਿਸੇ ਵੀਰ ਨੇ ਲਿਜਾ ਕੇ ਤਿਆਰ ਤੂਰ ਕਰਾਉਣਾ ਤਾਂ ਕਰਾ ਸਕਦਾ। ਅਤੇ ਆਹ ਮੂਹਰੇ ਖੜ੍ਹਾ ਨਿੱਕਾ ਜਿਹਾ 475। ਅਤੇ ਹੁਣ ਤੁਹਾਨੂੰ ਮਿੱਤਰੋ ਦਿਖਾਉਂਦੇ ਹਾਂ ਆਹ ਖੇਤ ਜਾਣ। ਅੱਛਾ ਅੱਗੇ ਆ ਗਿਆ ਮਿੱਤਰੋ ਹੋਲੈਂਡ 90-10 ਟਰੈਕਟਰ ਦੇਖੋ ਮਿੱਤਰੋ ਕੰਡੀਸ਼ਨ। ਇੰਜਨ ਉਂਜਨ ਜਮ੍ਹਾਂ ਓਕੇ ਆ, ਜਿਹੜੇ ਹਿਸਾਬ ਨਾਲ ਲਫਾਫਾ ਸਲੈਂਸਰ 'ਤੇ ਪਾਇਆ ਪਿਆ ਵੀਰਾਂ ਦਾ, ਇੰਜਨ ਉਂਜਨ ਓਕੇ ਟਰੈਕਟਰ ਦਾ। ਅਤੇ ਬਾਕੀ ਹਾਲਤ ਤੁਹਾਡੇ ਸਾਹਮਣੇ ਆ। ਅਤੇ ਇੱਧਰ ਆ ਗਿਆ ਬਲਟ ਟਰੈਕ 90 HP ਦੇ ਵਿੱਚ, ਚੌਕੜਾ ਟਾਇਰਾਂ ਦਾ ਪੂਰਾ ਚੰਗਾ ਪਿਆ ਮਿੱਤਰੋ, 4x4 ਆ ਜੀ ਦੇਖੋ। ਅਤੇ 4x4 ਟਰੈਕਟਰ ਦੇਖੋ ਮਿੱਤਰੋ ਤੁਹਾਨੂੰ ਕਿੰਨੇ ਦਿਖਾਤੇ। ਅਤੇ ਹੁਣ ਇੱਧਰਲੀ ਸਾਈਡ ਮਿੱਤਰੋ ਇਹਦੇ ਕਿੰਨੀ ਜਿਵੇਂ ਕਹਿ ਦਈਏ ਮਾਰ ਦਈਏ ਕੈਮਰਾ ਤੁਹਾਡੇ ਵਾਸਤੇ, ਇਹ ਹੈਗਾ ਜੀ ਨਿਊ ਹੋਲੈਂਡ 60-10। ਅਤੇ ਨਾਲ ਆ ਗਿਆ ਮਿੱਤਰੋ 3702 ਅਤੇ ਆਹ ਆ ਗਿਆ ਇੱਕ ਹੋਰ ਸੋਲੈਸ 60-24 ਬੈਸਟ ਮੋਬਾਈਲ ਨੰਬਰ ਦੇ ਵਿੱਚ ਆ, ਟਾਇਰ ਜਮ੍ਹਾਂ ਨਵੇਂ ਪਏ ਆ ਟਰੈਕਟਰ ਦੇ। ਅਤੇ ਖੂਬੀਆਂ ਟਰੈਕਟਰ ਦੇ ਵਿੱਚ ਬਹੁਤ ਹੋਣਗੀਆਂ ਇਹਦੇ। ਆਹ ਖੜਾ ਮਿੱਤਰੋ ਸੋਲੈਸ 90 HP ਦੇ ਵਿੱਚ 4x4 CRD ਈ ਮਾਡਲ, ਟੈਂਕੀ ਪਲੇਟਫਾਰਮ ਦੇ ਥੱਲੇ ਆ ਟਰੈਕਟਰ ਦੇਖੋ ਮਿੱਤਰੋ, ਜਹਾਜ਼ ਹੀ ਆ ਟਰੈਕਟਰ ਮਿੱਤਰੋ, ਖੜ੍ਹਾ ਹੀ ਤੱਕ ਪਈ ਜਾਂਦਾ ਦੇਖੋ ਕੈਮਰੇ ਦੇ ਵਿੱਚ ਮਿੱਤਰੋ। ਡਰਾਈਵਰ ਪਤਾ ਨਹੀਂ ਕਾਹ 'ਚ ਵੱਜੀ ਆ ਅਤੇ ਪਤੰਦਰ ਜੀ ਨੇ ਵਿੱਚ ਹੀ ਵਾੜਤੀ, ਅਤੇ ਕਮੈਂਟ ਕਰਕੇ ਦੱਸੋ ਇਹਦਾ ਕਾਹਦੇ ਨਾਲ ਸਾਹਮਣਾ ਹੋਇਆ ਹੋਊ। ਆਹ ਕਿਹੜਾ ਖੜਾ ਅਰਜਨ ਆ ਯਾਰ ਇਹ, ਐਂਡਾ ਮੀ 70-75 ਫੋਰ ਵੀਲ ਡਰਾਈਵ ਦੇ ਵਿੱਚ ਮਿੱਤਰੋ ਅਰਜਨ ਟਰੈਕਟਰ ਆ, ਬੇਟ ਬੂਟ ਲੱਗੇ ਵੇ ਇਹਦੇ, 11 ਦੇ ਫਰੰਟ ਟਾਇਰ ਆ, 16-9-30 ਦੇ ਬੈਕ ਟਾਇਰ ਆ। ਟੈਂਕੀ ਟੁੰਕੀ ਦੇਖੋ ਮਿੱਤਰੋ, ਇਹ ਸੋਚੀ ਜੀ ਕਦੋਂ ਘੜਤਾ, ਲਾਈਟਾਂ ਲੱਗੀਆਂ ਮੈਂ ਉਹ ਪਟਾ ਡਿੱਪਰ ਲੱਗੇ ਹੋਏ ਉੱਪਰ, ਇੰਜਨ ਹੀ ਇੰਜਨ ਪਏ ਨੇ ਜਗਨੇਟਰਾਂ ਦੇ ਟਰੈਕਟਰਾਂ ਦੇ। ਨੰਬਰ ਬਾਈ ਦਾ ਹੈਗਾ 98-51-4406-16, ਸ਼ੋਪ ਨੰਬਰ 149। ਅੱਗੇ ਆ ਗਿਆ ਅਰਜਨ AC 3730, ਟਰੈਕਟਰ ਟਰੂਟਰ ਸਾਰੇ ਹੀ ਮਿਲ ਜਾਣਗੇ ਤੁਹਾਨੂੰ ਮਿੱਤਰੋ।
ਰੇਂਜ ਨਹੀਂ ਇੰਜਣ ਪਾਇਆ ਲੈਣ ਜੀ ਜਿਹਦਾ ਰਹੀ ਮਿੱਤਰੋ ਬੰਦਾ ਕਿੰਨੇ ਸ਼ੌਂਕ ਨਾਲ ਲੈਂਦਾ ਹੋਲੈਂਡ ਦੀ ਹਾਲਤ ਦੇਖੋ ਕੀ ਬਣਾਈ ਪਈ ਆ ਇੱਥੇ ਵਿੱਚ ਵੀਰ ਜਮਾਂ ਨਵਾਂ ਸੰਦ ਲੈ ਲੈਂਦੇ ਆ ਸਤਨਾਮ ਸਿੰਘ ਸਾਂਭਦੇ ਨਹੀਂ ਕਿ ਨਹੀਂ ਇੱਥੇ ਦੇਖ ਕੇ ਸਾਨੂੰ ਵੀ ਤਰਸ ਆ ਜਾਂਦਾ ਕੀ ਹਰੀ ਸੰਦ 'ਤੇ ਅੱਜ ਤਾਂ ਦੇਖੋ ਫੋਰਚੂਨਰ ਖੜੀ ਇਸ ਵਕਤ ਲੈ ਮਿੱਤਰੋ ਹੁਣ ਆ ਗਿਆ ਆਪਾਂ ਦੂਜੀ ਸਾਈਡ ਇੱਧਰ ਡੀ ਆਈ 550 ਪਲੱਸ ਖੜਾ ਮਿੱਤਰੋ ਦੇਖ ਸਕਦੇ ਹੋ ਸੋਹਣ ਵਾਲੀ ਕਾ ਅਤੇ ਜਿਹੜੀ ਚੀਜ਼ ਸਾਨੂੰ ਇੱਧਰ ਖਿੱਚ ਕੇ ਜੇ ਲੈ ਗਈ ਕਿ ਤਾਂ ਚੱਕੜ ਵਾਲਾ ਇੱਥੇ ਦੇਖੋ ਮਿੱਤਰੋ ਆਹ ਟਰੈਕਟਰ ਦੱਸੋ ਕਿਹੜਾ ਫਿਰ ਨਿੱਕਾ ਆ ਇਹ ਆ ਗਿਆ ਜੀ ਯੁਵਰਾਜ 215 ਹਿੱਸੇ ਉਸੇ ਲਾਲਾ ਸਿੱਟੇ ਪਏ ਨੇ ਦੇਖ ਸਕਦੇ ਹੋ ਮਿੱਤਰੋ ਟਰੈਕਟਰਾਂ ਟੂਟਰਾਂ ਦੇ ਟਾਇਰ ਟੂਰ ਤੁਹਾਨੂੰ ਸਾਰਾ ਕੁਛ ਇੱਥੋਂ ਮਿਲ ਜੂਗਾ ਪਟਿਆਲਾ ਮਾਰਕੀਟ ਦੇ ਵਿੱਚ ਆ ਜੀ ਗੂਗਲ 'ਤੇ ਸਰਚ ਕਰ ਲਿਓ ਅਤੇ ਅੱਜ ਤੁਹਾਨੂੰ ਨੰਬਰ ਅਸੀਂ ਲਗਭਗ ਬਹੁਤ ਵੀਰਾਂ ਦੇ ਦੇ ਨੰਬਰ ਅਸੀਂ ਨਾਲ ਨਾਲ ਬੋਲੀ ਗਏ ਵੀ ਆਹ ਵੀਰ ਦੇ ਆਹ ਸਮਾਨ ਆ ਅਤੇ ਆਹ ਵੀਰ ਦਾ ਆਹ ਸਮਾਨ ਆ ਕੰਟੈਕਟ ਕਰ ਲਿਓ ਅਤੇ ਹੁਣ ਅਗਲੀ ਵੀਡੀਓ ਮੈਂ ਆਪਾਂ ਤੁਹਾਡੇ ਵਾਸਤੇ ਮਿੱਤਰੋ ਲੈ ਕੇ ਆਏ ਹਾਂ ਕਿ ਗੱਡੀਆਂ ਦੀ ਹੁਣ ਤੁਹਾਨੂੰ ਦਿਖਾਵਾਂਗੇ ਬਾਅਦ ਦੇ ਵਿੱਚ ਕਾਰਾਂ 'ਤੇ ਕੀ ਗੱਲਬਾਤ ਆ